ਉਹਨਾਂ ਪਊਗਾ। ਇਹੋ ਜਿਹੇ ਲੋਕ ਸਾਡੇ ਸਿਸਟਮ ਲਈ ਚੈਲੇਂਜ ਨੇ। ਇਹੋ ਜਿਹੇ ਲੋਕ ਜੇ ਸਾਡੇ ਸਿਸਟਮ ਦਾ ਹਿੱਸਾ ਹੀ ਬਣ ਗਏ, ਸਿਸਟਮ ਦਾ ਹਿੱਸਾ ਮਤਲਬ ਇਹੋ ਜਿਹੇ ਲੋਕ ਜੇ ਚੋਣਾਂ ਦੀ ਪ੍ਰੋਸੈਸ ਦਾ ਵੀ ਹਿੱਸਾ ਬਣ ਗਏ, ਤਾਂ ਉਹ ਵੀ ਸਾਡੇ ਰਾਜਨੀਤਿਕ ਸਿਸਟਮ ਦੇ ਨਿਘਾਰ ਦੀ ਇੱਕ ਬੜੀ ਵੱਡੀ ਨਿਸ਼ਾਨੀ ਆ। ਸੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਅਸੀਂ ਕਿਹਾ ਵੀ ਜੋ ਵੀ ਬਣਦੀ ਕਾਰਵਾਈ ਆ ਇਹਦੇ 'ਤੇ ਕੀਤੀ ਜਾਵੇ। ਐਫੀਡੈਵਿਟ ਦੇ ਵਿੱਚ ਜੀ ਉਹਨਾਂ ਨੇ ਆਹ ਸਹੁੰ ਖਾਧੀ ਆ, ਇਹ ਤੁਸੀਂ ਦੇਖੋ ਨਹੀਂ ਕੀਤੀ ਜੀ। ਆਹੀ ਮੈਂ ਕਹਿ ਰਿਹਾ, ਮੈਂ ਤੁਹਾਨੂੰ ਦੱਸਦਾ ਇਹ ਰਿਟਨ ਜੀ, ਇਹ ਰਿਟਨ ਇਹ ਲਿਖਿਆ ਹੁੰਦਾ ਵੀ ਹੇਠ ਲਿਖਤ ਅਪਰਾਧਿਕ ਮਾਮਲੇ ਵਿੱਚ ਮੇਰੇ ਵਿਰੁੱਧ ਲੰਬਿਤ ਲਾਗੂ ਯੋਗ ਨਹੀਂ, ਕੋਈ ਕੇਸ ਮੇਰੇ ਵਿਰੁੱਧ ਲੰਬਿਤ ਨਹੀਂ ਹੈਗਾ। ਇਹ ਇਹਦੀ ਸਹੁੰ ਖਾਂਦੇ ਹੁੰਦੇ ਹਾਂ ਆਪਾਂ। ਮੈਂ ਘੋਸ਼ਣਾ ਕਰਦਾ ਹਾਂ ਕਿ ਮੇਰੇ ਖਿਲਾਫ਼ ਕੋਈ ਅਪਰਾਧਿਕ ਮਾਮਲਾ ਲੰਬਿਤ ਨਹੀਂ ਹੈ। ਮੈਂ ਉਹੀ ਕਹਿ ਰਿਹਾ ਜੀ ਵੀ ਉਹਨੇ ਕੁਛ ਨਹੀਂ ਮੈਨਸ਼ਨ ਕੀਤਾ, ਉਹ ਤਾਂ ਕਹਿੰਦਾ ਮੇਰੇ ਵਿਰੁੱਧ ਕੋਈ ਲੰਬਿਤ ਨਹੀਂ ਹੈਗਾ। ਉਹ ਤਾਂ ਹੁਣ ਕੱਲ੍ਹ ਮੀਡੀਆ ਦੇ ਅੱਗੇ ਕਹੀ ਜਾਂਦਾ ਸੀਗਾ ਵੀ ਮੇਰੇ 'ਤੇ ਕੋਈ ਪਰਚਾ ਹੀ ਨਹੀਂ ਹੈਗਾ। ਪਰ ਮਤਲਬ ਕਿਸ ਪਾਸੇ ਨੂੰ ਆਪਾਂ ਤੁਰ ਕੇ ਲੈ ਕੇ ਜਾਵਾਂਗੇ, ਕਿਸ ਪਾਸੇ ਨੂੰ? ਇਸ ਤੋਂ ਰਾਜਨੀਤਿਕ ਵੱਧ ਨਿਘਾਰ ਦੀ ਨਿਸ਼ਾਨੀ ਹੋਰ ਕੀ ਹੋ ਸਕਦੀ ਆ? ਫੌਰੀ ਤੌਰ ਦੇ ਉੱਤੇ ਕੇਜਰੀਵਾਲ ਸਾਹਿਬ ਨੂੰ, ਮੈਂ ਸਮਝਦਾ ਵੀ ਮੀਡੀਆ ਵੀ, ਮੈਂ ਮੀਡੀਆ ਦੇ ਜ਼ਰੀਏ ਵੀ ਕਹਿੰਦਾ ਵੀ ਕੇਜਰੀਵਾਲ ਸਾਹਿਬ ਨੇ ਇੱਧਰ ਉੱਧਰ ਦੀਆਂ ਗੱਲਾਂ ਕਰਨੀਆਂ। ਮੈਂ ਮੀਡੀਆ ਨੂੰ ਸੱਦਾ ਦਿੰਦਾ ਵੀ ਇਸ ਮਸਲੇ ਦੇ ਉੱਤੇ ਅਰਵਿੰਦ ਕੇਜਰੀਵਾਲ ਜੀ ਤੋਂ, ਭਗਵੰਤ ਮਾਨ ਜੀ ਤੋਂ ਸਪਸ਼ਟੀਕਰਨ ਲੈਣ, ਉਹਨਾਂ ਦੇ ਉਮੀਦਵਾਰ ਦੀ ਜਿਹੜੀਆਂ ਤੱਥ ਜਿਹੜੀਆਂ ਗੱਲਾਂ ਸਾਹਮਣੇ ਆਈਆਂ, ਇਹ ਤਾਂ ਬਾਈ ਜੀ ਪਰਚੇ ਦਰਜ ਹੋਏ ਵੇ ਨੇ। ਮੈਂ ਬੋਲਦਾ ਨਹੀਂ ਹੈਗਾ, ਹੁਣ ਜਦੋਂ ਅਗਲਾ ਬੋਲਦਾ ਹੀ ਆ। ਦੇਖੋ ਮੈਂ ਹਮੇਸ਼ਾ ਇਸ ਗੱਲ ਦੀ ਕਹਿੰਦਾ ਹੁੰਦਾ, ਇੱਕ ਗੱਲ ਮੈਂ ਲੋਕਾਂ 'ਚ ਰੱਖੀ ਆ ਵੀ ਦੇਖੋ ਤਿੰਨ ਪੈਮਾਨੇ, ਪੜ੍ਹਾਈ, ਕਾਬਲੀਅਤ ਅਤੇ ਕਿਰਦਾਰ। ਜਿਸ ਦਿਨ ਲੋਕ ਇਹਨਾਂ ਤਿੰਨ ਪੈਮਾਨਿਆਂ 'ਤੇ ਆਪਣੇ ਉਮੀਦਵਾਰ ਚੁਣਨ ਲੱਗ ਜਾਣ, ਉਸ ਦਿਨ ਸਿਆਸੀ ਪਾਰਟੀਆਂ ਵੀ ਇਹਨਾਂ ਤਿੰਨ ਪੈਮਾਨਿਆਂ 'ਤੇ ਉਮੀਦਵਾਰ ਭੇਜਣ ਲੱਗ ਜਾਣਗੀਆਂ, ਅਤੇ ਫਿਰ ਸਾਡੀ ਵਿਚਾਰ ਚਰਚਾ ਦਾ ਪੱਧਰ ਉੱਤੇ ਹੋਊ, ਅਸੀਂ ਉਹਦੇ ਵਿੱਚੋਂ ਆਪਣੇ ਸਮਾਜ ਲਈ, ਆਪਣੇ ਸਿਸਟਮ ਲਈ ਕੁਛ ਕੱਢ ਸਕਾਂਗੇ। ਹੁਣ ਅੱਜ ਜਿਵੇਂ ਦੀਆਂ ਗੱਲਾਂ ਉਹਨਾਂ ਨੇ ਕੀਤੀਆਂ, ਅੱਜ ਮੈਨੂੰ ਆਹ ਅੱਧਾ ਘੰਟਾ ਉਸ ਵਿਅਕਤੀ ਦੇ ਉੱਤੇ ਵੇਸਟ ਕਰਨਾ ਪੈ ਰਿਹਾ, ਪਰ ਮਾਮਲਾ ਬੜਾ ਗੰਭੀਰ ਆ, ਮਾਮਲਾ ਬੜਾ ਗੰਭੀਰ ਆ, ਅਤੇ ਮਾਮਲੇ ਦੇ ਉੱਤੇ ਸਥਿਤੀ ਸਪਸ਼ਟ ਹੋਣੀ ਚਾਹੀਦੀ ਆ ਕਿ ਇੱਕ ਵਿਅਕਤੀ ਝੂਠੀ ਸਹੁੰ ਖਾ ਕੇ ਇਲੈਕਸ਼ਨ ਕਮਿਸ਼ਨ ਨੂੰ ਜੇ ਗੁੰਮਰਾਹ ਕਰ ਸਕਦਾ, ਐਡੀ ਵੱਡੀ ਸੰਸਥਾ ਨੂੰ ਜੇ ਗੁੰਮਰਾਹ ਕਰ ਸਕਦਾ, ਤਾਂ ਉਹ ਵਿਅਕਤੀ ਸਮਾਜ ਦੇ ਵਿੱਚ ਕਿਸੇ ਤਰ੍ਹਾਂ ਦੇ ਵੀ ਅਰਾਜਕਤਾ ਦੇ ਲਈ ਜ਼ਿੰਮੇਵਾਰ ਬਣ ਸਕਦਾ। ਨਹੀਂ, ਲੀਗਲੀ ਕਾਰਵਾਈ ਦਾ ਜੀ ਨਾ, ਹਜੇ ਤਾਂ ਵੱਧ ਦੀਆਂ ਗੱਲਾਂ ਨੇ, ਇਹਦਾ ਪ੍ਰੋਸੈਸ ਹੁੰਦਾ ਇੱਕ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ। ਦੇਖੋ ਮੈਂ ਇਹ ਤਾਂ ਜੀ ਮੈਂ ਉਹੀ ਤਾਂ ਗੱਲ ਕਹਿ ਰਿਹਾ, ਤਾਂ ਹੀ ਅੱਜ ਦੀ ਪ੍ਰੈਸ ਕਾਨਫਰੰਸ ਕਰਨੀ ਪਈ, ਨਹੀਂ ਤਾਂ ਅਸੀਂ ਤਾਂ ਇਸ ਇਸ਼ੂ ਦੇ ਉੱਤੇ ਕੋਈ ਗੱਲ ਵੀ ਨਹੀਂ ਕੀਤੀ ਸੀ। ਉਹ ਕਹਿੰਦਾ ਚਾਲ ਖੇਡਦੀਆਂ ਪਈਆਂ। ਹੁਣ ਦੱਸੋ 2010 ਦਾ ਭਗੌੜਾ ਕਰਾਰ ਆ ਉਹ ਬੰਦਾ, 2010 ਦਾ, ਅਤੇ ਉਦੋਂ ਬਾਅਦ ਕੋਰਟ ਦੇ ਵਿੱਚ ਬੇਲ ਲੈ ਗਿਆ, ਫਿਰ ਐਬਸੈਂਟ ਹੋ ਗਿਆ।